se de algum dele. Onde a nossa massa de dois na verdade é apenas a cara. A tudo e de palma foi trabalhada. Agora ele afeta na tinta a papai sapo a sua salva tinta. Tudo e de palma foi trabalhada na tinta Asta a salvat vitare. Semnul dilema sfatului din Ucraina. Deci semnul de dar, semnul vor apăla, soia magia tare. Suta magia de la semnul din Bartătăra de altfel. Acesta suta voia magia acolo, de aceea voia magia aia, că e fără tăcare. ਕਦੇ ਇਹ ਮਨ ਦੇ ਇਸ ਮਨ ਦੇ ਵਿੱਚ ਉਸ ਮਨ ਦੇ ਵਿੱਚ ਡਰ ਨਹੀਂ ਰਹਿੰਦਾ ਭੈ ਨਹੀਂ ਰਹਿੰਦਾ ਜਿਸ ਨੇ ਸਤਸੰਗ ਦੀ ਇਸ ਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਉਹ ਤੁਰਿਆ ਫਿਰਦਾ ਸ਼ਹੀਦ ਹੁੰਦਾ ਇਸ ਕਰਕੇ ਜਿੰਨੇ ਵੀ ਸੂਰਮੇ ਆਪਾਂ 83 ਦੀ ਗੱਲ ਅੱਜ ਸਾਹਮਣੇ ਕੀਤੀ ਜਿੰਨੇ ਸੂਰਮੇ ਤੁਰੇ ਫਿਰਦੇ ਸਨ ਇਹ ਜਿੰਦਾ ਸ਼ਹੀਦ ਸਨ ਸਾਰੇ ਸ਼ਹੀਦ ਜਿਹੜਾ ਗੁਰਮੁਖ ਹੁੰਦਾ ਹੈ ਉਹ ਇਹ ਵੀ ਨਹੀਂ ਕਹਿੰਦਾ ਵੀ ਮੈਂ ਅਖਬਾਰਾਂ ਵਾਲਿਆਂ ਨੂੰ ਉਡੀਕਾਂ ਮੈਂ ਕੋਈ ਸਮਾਂ ਉਡੀਕਾਂ ਸਮਾਂ ਆਵੇਗਾ ਅਤੇ ਇੰਨੇ ਬਲੇ ਬਲੇ ਹੋ ਜਾਂਦੀ ਸਮਾਂ ਉਹਨਾਂ ਦੇ ਵਿੱਚ ਹੀ ਵਰਤਦਾ ਹੁੰਦਾ ਸਮੇਂ ਨੂੰ ਮਹਾਨ ਬਣਾ ਦਿੰਦੇ ਨੇ ਜਿਹੜਾ ਗੁਰਮੁਖ ਹੁੰਦਾ ਸਮੇਂ ਨੂੰ ਮਹਾਨ ਬਣਾ ਦਿੰਦਾ ਆਮ ਦੁਨੀਆਂ ਸਮੇਂ ਦੇ ਵਿੱਚ ਵਰਤਦੀ ਹੈ ਪਰ ਜਿਹੜੇ ਗੁਰਮੁਖ ਹੁੰਦੇ ਨੇ ਸਮਾਂ ਉਹਨਾਂ ਦੇ ਹਿਰਦੇ ਅੰਦਰ ਵਰਤਦਾ ਸਮੇਂ ਨੂੰ ਹੀ ਮਹਾਨ ਬਣਾ ਦਿੰਦੇ ਪਰ ਇਹ ਇਸ ਗੱਲ ਦਾ ਪਤਾ ਕਿਉਂ ਨਹੀਂ ਲੱਗਦਾ ਹੈ ਭਾਈ ਗੁਰਦਾਸ ਜੀ ਦੇ ਦੋਸਤ ਸਨ ਨੇ ਵਿੱਤ ਦੇ ਸਵਈਆਂ ਦੇ ਉਸ ਮਹਾਂਪੁਰਖ ਨੇ ਗੁਰੂ ਅਮਰਦਾਸ ਮਹਾਰਾਜ ਜੀ ਵੰਸ਼ ਵਿੱਚ ਜਨਮ ਲੈ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦਾ ਅੰਮ੍ਰਿਤ ਪੀਤਾ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਸ਼ਨ ਰੱਜ ਕੇ ਕਰਕੇ ਗੁਰੂ ਸਿੱਖੀ ਕਮਾਈ ਗੁਰੂ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਰਸਨਾ ਤੋਂ ਇਹ ਵਰ ਪ੍ਰਾਪਤ ਕੀਤਾ ਅਤੇ ਭਾਈ ਜੀ ਤੇਰੀ ਜਿਹੜੀ ਰਚਨਾ ਹੈ ਜਿਹੜਾ ਗੁਰਸਿੱਖ ਸੁਣ ਲਵੇ ਪੜ੍ਹ ਲਵੇ ਉਹਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ ਉਹਨੂੰ ਗੁਰਬਾਣੀ ਦਾ ਦਾਨ ਪ੍ਰਾਪਤ ਹੋਵੇਗਾ ਗੁਰਬਾਣੀ ਦਾ ਭੇਦ ਲੱਭ ਜਾਵੇ ਇਸ ਕਰਕੇ ਅੱਜ ਤੱਕ ਆਪਣੇ ਇਹ ਟ੍ਰਡੀਸ਼ਨ ਹੈ ਆਪਣੀ ਰਵਾਇਤ ਹੈ ਜਿਸ ਕਿਸੇ ਨੇ ਗੁਰਸਿੱਖੀ ਦੇ ਮਾਰਗ 'ਤੇ ਤੁਰਨਾ ਹੋਵੇ ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਦੇ ਵਚਨ ਪੜ੍ਹਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਫਿਰ ਭਗਤ ਬਾਣੀ ਫਿਰ ਬਾਈ ਵਾਰਾਂ ਫਿਰ ਸੰਥਿਆ ਲੈ ਕੇ ਫਿਰ ਉਹ ਵਾਰਾਂ ਦੇ ਕੰਮ ਇੰਨਾ ਮਹਾਨ ਦਾਸ ਇੰਨਾ ਮਾਣ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੱਸਿਆ ਉਹਨਾਂ ਦਾ ਪਹਿਲਾ ਹੀ ਜਿਹੜਾ ਵਚਨ ਹੈ ਕਵਿਤਾ ਦੇ ਵਿੱਚ ਆਉਂਦਾ ਕਿ ਜੈਸੇ ਤੋ ਕੰਚਨੋ ਪਾਰੋ ਪਰਸ ਸੋਖ ਲਈ ਦੁਨੀਆਂ ਦੇ ਵਿੱਚ ਉੱਚ ਕੋਟੀ ਦੇ ਕਵੀਆਂ ਦੇ ਵਿੱਚ ਭਾਈ ਸਾਹਿਬ ਜੀ ਦੀ ਰਚਨਾ ਕਰਦੇ ਇੰਨੀ ਸੁੰਦਰ ਉਹਨਾਂ ਨੇ ਕਵਿਤਾ ਗਾਈ ਹੈ ਜੈਸੇ ਤੋ ਕੰਚਨੋ ਪਾਰੋ ਪਰਸ ਸੋਖ ਲਈ ਅਗਰ ਮੈਂ ਡਾਰੋ ਹੁਣ ਪਾਰੋ ਕੋ ਗੁਜਰਾ ਜੈਸੇ ਮਨ ਨੂਰ ਲੱਗ ਅੰਬਰ ਮਰੀਨ ਹੋ ਸਾਬਣ ਸਲਦ ਮਿਲ ਨਿਰਮਲ ਗਾਰ ਜੈਸੇ ਇਹ ਗ੍ਰਸ ਹੈ ਦਿਖ ਵਿਆਪਕ ਸਗਲ ਅੰਗ ਮੰਦਰ ਕਰ ਬਿਠਾ ਵਿਕਾਰ ਸਭ ਸੋ ਵਿਕਾਰ ਤੈਸੇ ਮਾਇਆ ਮੋਹਤ ਤੈਸੇ ਮਾਇਆ ਮੋਹਤ ਵਿਮੋਹਤ ਮਦਨ ਮਨ ਗੁਰ ਉਪਦੇਸ਼ ਮਾਇਆ ਮੂਲ ਮੁਰਜਾ ਤੇ ਉਹਨਾਂ ਦੀ ਸੁਰਤਰ ਬਾਣੀ ਹੈ ਸੋ ਆਪ ਜੀ ਕਹਿੰਦੇ ਨੇ ਜੈਸੇ ਤੋ ਕੰਚਨੋ ਪਾਰੋ ਪਰਸਤ ਸੋ ਉਪਦੇਸ਼ ਜਿਵੇਂ ਕੰਚਨ ਕੰਚਨ ਦੇ ਉਹਨਾਂ ਨੇ ਸੋਨੇ ਨੂੰ ਜਿਵੇਂ ਸੋਨਾ ਜਿਹੜਾ ਇਹਨੂੰ ਪਾਏ ਦੇ ਵਿੱਚ ਪਾ ਦਿਓ ਭਾਈ ਸਾਹਿਬ ਜੀ ਦੀ ਇਹ ਵਡਿਆਈ ਹੈ ਕਿ ਜਿਹੜੇ ਤਜਰਬੇ ਅਸੀਂ ਐਕਸਪੈਰੀਮੈਂਟ ਲੈਬ ਦੇ ਵਿੱਚ ਕਰਦੇ ਹਾਂ ਸਾਨੂੰ ਜਿਹੜਾ ਇਕਵਿਪਮੈਂਟ ਹੈ ਉਹ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਲੈਬ ਦੇ ਵਿੱਚ ਜਾ ਕੇ ਅਸੀਂ ਦੇਖ ਸਕਦੇ ਹਾਂ ਕਿ ਇਹ ਕਿਵੇਂ ਐਕਸਪੈਰੀਮੈਂਟ ਹੁੰਦੇ ਪਰ ਭਾਈ ਗੁਰਦਾਸ ਸਾਹਿਬ ਜੀ ਦੀ ਇਹ ਵੱਡੀ ਵਡਿਆਈ ਹੈ ਕਿ ਉਹ ਜਿੰਨੇ ਤਜਰਬੇ ਲੈਬੋਰਟਰੀ ਦੇ ਵਿੱਚ ਹੁੰਦੇ ਨੇ ਨਾ ਉਹ ਤੁਹਾਨੂੰ ਸੰਗਤ ਦੇ ਵਿੱਚ ਲਿਆ ਕੇ ਦੱਸ ਦਿੰਦੇ ਤੁਹਾਨੂੰ ਕਿਸੇ ਕਿਸੇ ਟੂਲ ਦੀ ਕਿਸੇ
ਸੰਤੀ ਲੋੜ ਨਹੀਂ ਪੈਂਦੀ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਕੱਢ ਕੇ ਦੱਸਦੀ ਹੁੰਦੀ ਆਹ ਗੱਲ ਐਡਾ ਭਾਰਾ ਵਿਦਵਾਨ ਸਾਇੰਸਦਾਨ ਵੀ ਸਾਰੀ ਕੈਮਿਸਟਰੀ ਦੀ ਫਿਜ਼ਿਕਸ ਦੀ ਰਿਆਲੋਜੀ ਦੀ ਸਾਰੀ ਨੌਲੇਜ ਉਹਨਾਂ ਦੇ ਕੋਲ ਲਿਬੜਿਆ ਹੋਇਆ ਕੱਪੜਾ ਹੈ ਜਿਹੜਾ ਉਹ ਸਾਬਣ ਪਾਣੀ ਦੇ ਨਾਲ ਨਿਰਮਲ ਹੋ ਜਾਂਦਾ ਹੈ
ਮੰਤਰ ਪੜਿਆ ਤੇ ਸਭ ਦੀ ਜਹਿਰ ਦੂਰ ਹੋ ਜਾਂਦੀ ਇਹ ਹੈ ਗੁਰੂ ਦਾ ਸ਼ਬਦ ਸੁਣਨ ਨਾਲ ਗੁਰੂ ਦਾ ਸ਼ਬਦ ਕਮਾਉਣ ਦੇ ਨਾਲ ਮਨ ਦੇ ਵਿੱਚੋਂ ਮਾਇਆ ਦਾ ਪ੍ਰਭਾਵ ਦੇ ਉੱਤੋਂ ਮੁਕਤ ਹੋ ਕੇ ਮਨੁੱਖ ਹੈ ਜਿਹੜਾ ਉਹ ਮੇਰਾ ਵਾਹਿਗੁਰੂ ਦੇ ਚਰਨਾਂ ਨਾਲ ਹੋ ਜਾਂਦਾ ਇੱਥੇ ਭਾਈ ਗੁਰਦਾਸ ਸਾਹਿਬ ਸਾਨੂੰ ਲੈ ਕੇ ਜਾਣਾ ਚਾਹੁੰਦਾ ਤੇ ਇਸ ਅਵਸਥਾ ਤੇ ਜਿਹੜਾ ਆ ਗਿਆ ਉਹ ਉਹਨੂੰ ਇਹ ਕਹਿਣ ਦੀ ਲੋੜ ਹੈ ਵੀ ਤੂੰ ਸ਼ਲੀਨ ਹੋ ਜਾ ਸੱਚ ਖਾਤਰ ਜਿੱਥੇ ਸੱਚ ਦੀ ਲੋੜ ਪਈ ਜਿੱਥੇ ਧੱਕਾ ਹੋਇਆ ਉੱਥੇ ਉਹਨੇ ਆਪੇ ਜਾ ਕੇ ਸ਼ਹੀਦ ਹੋ ਗਿਆ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਪ੍ਰਸੰਗ ਚੱਲ ਰਿਹਾ ਸੀ ਔਰ ਉਹ ਤੋਂ ਪਹਿਲਾਂ ਜਿਹੜੇ ਗੁਰਸਿੱਖ ਸ਼ਹੀਦ ਹੋਏ ਨੇ ਉਹਨਾਂ ਦਾ ਉਹਨਾਂ ਦੀ ਕਹਾਣੀ ਸੁਣਾਓ ਕੈਸੇ ਕੈਸੇ ਦੁਨੀਆਂ ਦੇ ਵਿੱਚ ਜਿੰਨੇ ਵੀ ਸ਼ਹੀਦ ਸੱਚ ਖਾਤਰ ਹੋਏ ਨੇ ਉਹ ਸਾਰਾ ਇੱਕੋ ਹੀ ਹੋਏ ਜਿਹੜਾ ਭਾਈ ਤਾਰਾ ਸਿੰਘ ਬਾਂ ਵਾਲਾ ਨਾ ਗੁਰੂ ਪਿਆਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਤੋਂ ਅੰਮ੍ਰਿਤ ਪ੍ਰਾਪਤ ਕਰਕੇ ਬਾਬੇ ਬੰਦੇ ਬਹਾਦਰ ਦੀ ਫੌਜ ਦੇ ਬਾਇਆ ਨਲ ਦੇ ਦੋ ਪਿੰਡ ਨੇ ਬਾਰਡਰ ਦੇ ਅੱਜ ਤੱਕ ਵੀ ਉਸ ਸ਼ਹੀਦ ਦਾ ਇੰਨਾ ਸਤਿਕਾਰ ਹੈ ਕਿ ਕੋਈ ਉਹਦੇ ਨੇੜੇ ਤੇੜੇ ਮੰਜਾ ਡਾ ਕੇ ਮਿਲਦਾ ਨਾ ਸੌਂਦਾ ਰਾਤ ਮਾਈ ਭਾਈ ਇਲਾਕੇ ਦੇ ਜਾ ਕੇ ਉੱਥੇ ਰੋਜ਼ ਨਮਸਕਾਰਾਂ ਕਰਦੇ ਹਨ ਅਤੇ ਜਿਹੜੀ ਇੱਛਾ ਲੈ ਕੇ ਜਾਣ ਉੱਥੇ ਪੂਰੀਆਂ ਹੁੰਦੀਆਂ ਇੰਨਾ ਸਤਿਕਾਰ ਹੈ ਉਸ ਮਹਾਂਪੁਰਖ ਦਾ ਬਾਣੀਪਣ ਦੇ ਵਿੱਚ ਵੀ ਪੂਰਨ ਸ਼ਹੀਦੀ ਦੇ ਵਿੱਚ ਵੀ ਪੂਰਨ ਜਦੋਂ ਉਹਨਾਂ ਲਈ ਜੰਗ ਹੋ ਰਹੀ ਸੀ ਨਾ ਲਾਹੌਰ ਤੋਂ ਫੌਜ ਲਈ 2200 ਘੋੜ ਸਵਾਰ ਗਏ ਸਨ 20-25 ਸਿੰਘਾਂ ਨੂੰ ਫੜ ਲਏ ਅਤੇ ਦੋ ਸਿੰਘ ਸਨ ਜਿਹੜੇ ਉਹ ਗੱਡਾ ਲਈ ਜਾਂਦੇ ਸਨ ਹਰਾ ਕੱਟ ਕੇ ਨਾ ਰਾਤ ਨੂੰ ਸ਼ਾਮ ਨੂੰ ਉਹ ਗੱਡੇ ਦੇ ਉੱਤੇ ਲੱਗਿਆ ਹੋਇਆ ਦੋ ਸਕੇ ਭਰਾ ਜਾਂਦੇ ਉਹਨਾਂ ਨੇ ਪਿੰਡ ਦੇ ਵਿੱਚ ਪੁੱਛਿਆ ਵੀ ਭਾਈ ਤਾਰਾ ਸਿੰਘ ਬਾਂ ਵਾਲੇ ਗੁਰਮੁਖ ਦਾ ਕੀ ਹਾਲ ਹੈ ਪਿੰਡ ਵਾਲੇ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਨਹੀਂ ਉੱਥੇ ਤਾਂ ਜੰਗ ਹੋ ਰਹੀ ਹੈ ਕਹਿੰਦੇ ਜੰਗ ਕੀ ਗੱਲ ਹੋ ਗਈ ਕਹਿੰਦੇ ਲਾਹੌਰ ਤੋਂ ਫੌਜ ਚੜ੍ਹ ਕੇ ਆਈ ਹੈ ਜਿਹੜਾ ਹਰ ਭਗਤ ਗੁਰਡਣੀਆਂ ਨਾ ਉਹ ਘੋੜੀਆਂ ਛੱਡ ਦਿੰਦਾ ਸੀ ਫਸਲਾਂ ਦੇ ਵਿੱਚ ਅਤੇ ਸਿੰਘਾਂ ਨੇ ਉਹਦੀਆਂ ਘੋੜੀਆਂ ਫੜ ਕੇ ਵੇਚਤੀਆਂ ਅਤੇ ਲੰਗਰ ਬਾਬੇ ਤਾਰਾ ਸਿੰਘ ਬਾਂ ਦੇ ਲੰਗਰ ਦੇ ਵਿੱਚ ਪਾ ਦਿੱਤਾ ਉਹ ਫੌਜ ਚੜ੍ਹਾ ਰਿਹਾ ਹੈ ਉਹ ਅੱਜ ਜੰਗ ਹੋ ਰਹੀ ਹੈ ਹੁਣ ਜਿਹੜਾ ਵੱਡਾ ਭਰਾ ਸੀ ਉਹ ਛੋਟੇ ਨੂੰ ਕਹਿੰਦਾ ਕਹਿੰਦਾ ਆਹ ਹੁਣ ਬਹੁਤਾਂ ਦੇ ਰੱਸੇ ਕਹਿੰਦਾ ਗੱਡਾ ਲੈ ਜੀ ਘਰ ਨੂੰ ਕਹਿੰਦਾ ਮੈਂ ਚੱਲਿਆ ਕਹਿੰਦਾ ਇਹ ਕਹਿੰਦਾ ਮੌਕਾ ਮਿਲਣਾ ਕਹਿੰਦਾ ਮੈਂ ਵੀ ਜਾਗਸੀ ਉਹਦੇ ਨਾਲ ਉਹਨੇ ਰੱਸੇ ਲਾ ਕੇ ਰੱਸੇ ਫੜਾਏ ਨੇ ਉਹਨੇ ਛੋਟਾ ਕਹਿੰਦਾ ਕਹਿੰਦਾ ਛੱਡ ਆਪਣੇ ਗੱਡੇ ਨੂੰ ਉੱਥੇ ਗੱਡਾ ਆਪੇ ਚਲੇ ਜਾਊ ਕਹਿੰਦਾ ਮੈਂ ਵੀ ਚੱਲਦਾ ਫਿਰਦਾ ਦੋਵੇਂ ਭਰਾ ਉਧਰੋਂ ਫੌਜ ਚੜ੍ਹਨ ਲੱਗੇ ਪਿਛਲੇ ਪਾਸੇ ਵੱਡਾ ਧਰ ਲਿਆ ਕਹਿੰਦਾ ਸੂਰੀਆਂ ਦੇ ਕੋਲ ਹੁੰਦੀਆਂ ਸੀ ਪਿਛਲੇ ਪਾਸੇ ਵੱਡਾ ਧਰ ਲਿਆ ਅਤੇ ਉੱਥੇ ਹੀ ਸ਼ਹੀਦ ਹੋ ਗਏ ਇਹਨਾਂ ਦਾ ਇਤਿਹਾਸ ਦੇ ਵਿੱਚ ਅੱਜ ਤੱਕ ਨਾਂ ਨਹੀਂ ਮਿਲਦਾ ਵੀ ਕਿਹੜੇ ਇਹ ਪਿੰਡ ਦੇ ਸੀ ਕੀ ਇਹਨਾਂ ਦਾ ਨਾਂ ਜਿਹਨਾਂ ਨੇ ਨਾ ਨਾ ਆਪਣਾ ਅਖਬਾਰਾਂ ਦੇ ਵਿੱਚ ਸ਼ਬਦ ਖਾਤਰ ਨਾਂ ਦੇਖਿਆ ਨਾ ਕਿਹਾ ਵੀ ਸਾਨੂੰ ਇਤਿਹਾਸ ਯਾਦ ਕਰੇਗਾ ਪਰ ਦੇਖੋ ਪਿਆਰ ਗੁਰੂ ਦੇ ਚਰਨਾਂ ਖਾਤਰ ਗੁਰੂ ਦੇ ਸ਼ਬਦ ਖਾਤਰ ਗੁਰੂ ਦੀ ਸਿੱਖੀ ਖਾਤਰ ਗੁਰੂਆਂ ਦਾ ਖਾਤਰ ਪਿਆਰ ਇੰਨਾ ਸੀ ਸਾਰਾ ਕੁਛ ਜ਼ਿੰਦਗੀ ਦਾ ਛੱਡ ਕੇ ਉੱਥੇ ਦੋ ਮਸ਼ੀਨ ਇਹ ਬਿਨਾਂ ਨਾਂ ਤੋਂ ਹੀ ਇਹਨਾਂ ਨੂੰ ਨਮਸਕਾਰਾਂ ਹੁੰਦੀਆਂ ਇਸਲਾਮ ਜੰਗ ਦੇ ਵਿੱਚ ਦੇਖੀਏ ਅਤੇ ਮੁਹੰਮਦ ਸਾਹਿਬ ਦੇ ਖਲੀਫੇ ਹੋਏ ਨੇ ਅੱਜ ਅਲੀ ਜਿਹੜਾ ਅੱਜ ਤੱਕ ਇਸਲਾਮ ਵਾਲੇ ਨਾਰਾ ਮਾਰਦੇ ਨੇ ਯਾ ਅਲੀ ਕਹਿ ਕੇ ਜੰਗ ਦੇ ਮੈਦਾਨ ਦੇ ਵਿੱਚ ਜੰਗ ਨੇ ਇਹ ਅਲੀ ਉਹ ਮਾਰ ਛੋਟਾ ਜਿਹਾ ਹੁੰਦਾ ਸੀ ਇਹ ਸਭ ਤੋਂ ਪਹਿਲਾਂ ਇਸਲਾਮ ਕਬੂਲ ਕਰਨ ਦੇ ਵਿੱਚ ਹਲਕਾ ਜਿਹਾ ਭਾਰ ਇਸਦਾ 12-13 ਸਾਲ ਦਾ ਇਹ ਨੌਜਵਾਨ ਸੀ ਅਤੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਨਾ ਵੀ ਮੇਰਾ ਇਸਲਾਮ ਹੈ ਜਿਹੜਾ ਮੈਨੂੰ ਸੁਨੇਹਾ ਮਿਲਿਆ ਇਸਲਾਮ ਕਬੂਲ ਕਰੋ ਅੱਲਾਹ ਦੇ ਉੱਤੇ ਫੇਰ ਲਿਆ ਉਹ ਤਾਂ ਪਹਿਲਾਂ ਉੱਠਿਆ ਸੀ ਲੋਕ ਹੱਸਦੇ ਸੀ ਦੇਖ ਕੇ ਵੀ ਇਹਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਹਨ ਕਿੱਡਾ ਕੁ ਭਾਰ ਚੱਕ ਲਵੇਗਾ ਪਰ ਇਹ ਐਡਾ ਵੱਡਾ ਸੁਰਮਾ ਨਿਕਲਿਆ ਕਿ ਜੰਗ ਦੇ ਮੈਦਾਨ ਦੇ ਵਿੱਚ ਇਹ ਘੋੜੇ ਦੇ ਸਵਾਰ ਉੱਤੇ ਨਹੀਂ ਸੀ ਜਾਂਦਾ ਇਹ ਖੋਤਾ ਲੈ ਕੇ ਜਾਂਦਾ ਇਹਨੂੰ ਪੁੱਛਿਆ ਸੂਰਮਿਆਂ ਨੇ ਪੁੱਛਿਆ ਵੀ ਖੋਤੇ ਦੇ ਕਾਹਦੇ ਚੜ੍ਹ ਕੇ ਜਾਂਦਾ ਕਹਿੰਦਾ ਦੇਖ ਜੰਗ ਦੇ ਮੈਦਾਨ ਦੇ ਵਿੱਚ ਜਾਨ ਬਚਾਉਣ ਨਹੀਂ ਚਾਹੀਦਾ ਘੋੜੇ 'ਤੇ ਚੜ੍ਹਿਆ ਘੋੜਾ ਨੱਠ ਕੇ ਬਾਹਰ ਮੈਨੂੰ ਲੈ ਕੇ ਨਿਕਲ ਸਕਦਾ ਖੋਤਾ ਜਿਹੜਾ ਹੌਲੀ ਤੁਰਦਾ ਕਹਿੰਦਾ ਹੌਲੀ ਤੁਰਨ ਦੇ ਨਾਲ ਕਹਿੰਦਾ ਮੈਂ ਜੂਝ ਜੂਝ ਕੇ ਜੰਗ ਦੇ ਵਿੱਚ ਬੰਦ ਕਹਿੰਦਾ ਜੰਗ ਤੋਂ ਪਿੱਛੋਂ ਜਾਨ ਲੈ ਕੇ ਨਹੀਂ ਨਿਕਲ ਏਡਾ ਸੂਰਮਾ ਸੀ ਇਹ ਅਤੇ ਇਹਦੇ ਅਣਿਆਲਾ ਤੀਰ ਵਜਿਆ ਜੰਗ ਦੇ ਮੈਦਾਨ ਅਣਿਆਲਾ ਤੀਰ ਹੁੰਦਾ ਹੈ ਜਿਹਦੀਆਂ ਦੋ ਗੋਲੀਆਂ ਹੋਣ ਉਹ ਜਦੋਂ ਲੰਘ ਜਾਂਦਾ ਜੇ ਅੱਗੇ ਨੂੰ ਜਾਵੇ ਤਾਂ ਅੱਗੇ ਨੂੰ ਆਉਂਦਾ ਖਿੱਚਦਾ ਜੇ ਉਹ ਖਿੱਚ ਕੇ ਕੋਈ ਕੱਢਣਾ ਚਾਹੇ ਤਾਂ ਸਾਰੀਆਂ ਅੰਦਰਾਂ ਪਿੱਛੇ ਨੂੰ ਕੱਢ ਦੋਵੇਂ ਪਾਸੇ ਮੌਤ
ਜਿਹੜਾ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਾ ਵੀ ਹਰਿਆਲੇ ਅੜੀਆਂ ਰਾਮ ਰਾਜੇ, ਪ੍ਰੇਮ ਦਾ ਤੀਰ ਹੈ ਵਾਹਿਗੁਰੂ ਮਾਰ ਦਿੰਦਾ, ਇਹ ਉਹ ਤੀਰ ਹੈ। ਸੋ ਇਹਦੇ ਤੀਰ ਉਹ ਲੱਗਿਆ ਜਦੋਂ ਇਹਨੂੰ ਖਿੱਚ ਕੇ ਜੰਗ ਨਹੀਂ ਹੋਇਆ ਪਿਆ ਜੰਗ ਦੇ ਮੈਦਾਨ ਦੇ ਵਿੱਚ, ਇਹਨੂੰ ਇਹਦੇ ਤੀਰ ਲੱਗੇ ਨੇ ਖਿੱਚ ਕੇ ਕੱਢਣ ਵਾਲੇ। ਜਦੋਂ ਤੀਰ ਕੱਢਦੇ ਉੱਚੀ ਉੱਚੀ ਰੌਲਾ ਪਾਉਂਦਾ, ਦੰਦ ਹੁੰਦਾ ਕਰਾਉਣ ਦਾ ਉੱਚੀ ਉੱਚੀ, ਉਹ ਕਹਿੰਦੇ ਹੁਣ ਮੇਰੀ ਮੌਤ ਆ ਵਾਸ਼ਾ ਵੀ ਕੀ ਕਰੀਏ। ਕਹਿੰਦਾ ਇਉਂ ਕਰੋ ਕਿ ਜਦ ਮੈਂ ਨਮਾਜ਼ ਪੜ੍ਹਾਂਗਾ ਨਾ, ਨਮਾਜ਼ ਪੜ੍ਹਨ ਵੇਲੇ ਦਿੱਤੇ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦੇ, ਜਦੋਂ ਨਮਾਜ਼ ਦਾ ਵੇਲਾ ਆਇਆ, ਨਮਾਜ਼ ਦੇ ਵਿੱਚ ਜੁੜਿਆ, ਨਮਾਜ਼ ਪੜ੍ਹਨ ਲੱਗਿਆ ਇਹ ਸੂਰਮਾ, ਤਾਂ ਉਹਨਾਂ ਨੇ ਖਿੱਚ ਕੇ ਤੀਰ ਕੱਢ ਦਿੱਤਾ। ਪਰ ਉਹਨਾਂ ਬੈਠਾ ਨੇ ਸਵਾਲ ਕੀਤਾ ਹਜ਼ਰਤ ਅਲੀ ਜੀ ਨੇ ਨਾਲ ਦੇ ਸੂਰਮਿਆਂ ਨੇ ਵੀ ਬਾਬਾ ਜੀ ਇਹ ਗੱਲ ਦੱਸੋ, ਤੁਸੀਂ ਜਦੋਂ ਨਮਾਜ਼ ਪੜ੍ਹਦੇ ਸੀ ਉਦੋਂ ਕੋਈ ਰੌਲਾ ਪਾਇਆ ਕੋਈ ਕੀਤੀ ਨਹੀਂ, ਜਦੋਂ ਪਹਿਲਾਂ ਅਸੀਂ ਤੀਰ ਕੱਢਦੇ ਤੁਸੀਂ ਇੰਨਾ ਰੌਲਾ ਪਾਇਆ, ਇਹ ਕਿਉਂ? ਕਹਿੰਦਾ ਜਦੋਂ ਭਰਾਵੋ ਨਮਾਜ਼ ਮੈਂ ਪੜ੍ਹਦਾ ਸੀ, ਨਮਾਜ਼ ਵੇਲੇ ਮੈਂ ਸਰੀਰ 'ਚ ਨਹੀਂ ਹੁੰਦਾ, ਨਮਾਜ਼ ਵੇਲੇ ਮੈਂ ਸਰੀਰ 'ਚ ਹੁੰਦਾ ਜੀ, ਨਮਾਜ਼ ਵੇਲੇ ਅੱਲਾ ਦੇ ਚਰਨਾਂ 'ਚ ਸੁਰਤ ਗਈ ਹੁੰਦੀ, ਜਿੰਨਾ ਚਿਰ ਸੁਰਤ ਹੈ ਜਿਹੜੀ ਸਰੀਰ ਦੇ ਵਿੱਚ ਹੈ ਉਹਨਾਂ ਚਿਰ ਰੌਲਾ ਪਾ ਗਈ। ਜਦ ਸੁਰਤ ਅੱਲਾ ਦੇ ਚਰਨਾਂ ਨਾਲ ਜੁੜੂਗੀ, ਸਰੀਰ ਤਾਂ ਹੋਇਆ ਭਾਵੇਂ ਨਾ ਹੋਇਆ। ਸੋ ਇਹੋ ਜਿਹੇ ਜਿੰਦਾ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ, ਗੁਰਦੇਵ ਸਿੰਘ ਇੱਕ ਲਿਖਾਰੀ ਹੋਏ ਨੇ, ਉਹ ਉਹਨਾਂ ਨੇ ਕੋਲ ਸੱਦ ਲਿਆ ਇੱਕ ਵਾਰ, ਉਹਨਾਂ ਨੂੰ ਸੱਦ ਕੇ ਕਹਿੰਦੇ ਸਹਿਜ ਸੁਭਾਅ ਬੈਠੇ ਨੇ ਦਰਬਾਰ ਸਾਹਿਬ ਦੇ ਅੰਦਰ, ਅਤੇ ਕਹਿੰਦੇ ਨਹੀਂ ਉਹਦਾ ਗੁਰਦੇਵ ਸਿੰਘ ਜਿਹੜਾ ਸ਼ਹੀਦੀ ਵਾਲਾ ਥਾਂ ਦਾ ਸੁਰਿੰਦਰ ਸਾਹਿਬ ਦੇ ਵਿੱਚ ਜਿਹੜਾ ਥਾਂ ਹੋ ਗਿਆ, ਉਹ ਕਹਿੰਦਾ ਮੇਰੀਆਂ ਥਾਂ 'ਚ ਰੌਲਾ ਆ ਗਿਆ, ਡੂੰਘੀ ਵਾਰ ਬੈਠਾ ਤਾਂ ਬਾਬਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਹਾਂ, ਇਹ ਤੁਸੀਂ ਜਾਣ ਗਿਆ, ਤੁਸੀਂ ਤੁਸੀਂ ਦੱਸੋ। ਰੂਹ ਤਾਂ ਉਹਦੀ ਪਹਿਲਾਂ ਹੀ ਉੱਡੀ ਹੋਈ ਸੀ, ਰੂਹ ਤਾਂ ਪਹਿਲੇ ਗੁਰੂ ਚਰਨਾਂ ਦੇ ਵਿੱਚ ਸੀ, ਸਰੀਰ ਕਰਦਾ ਸੀ। ਕਹਿਣ ਲੱਗੇ ਜਿਹੜਾ ਅਕਾਲ ਤਖ਼ਤ ਦੇ ਕੋਲ ਥਾਂ ਹੈ ਨਾ, ਕਹਿੰਦੇ ਇਹ ਥਾਂ ਸਾਰਾ ਹੀ ਹੁੰਦੇ, ਚਰਨ ਹੋਣਗੇ ਜਿਹੜੇ ਉਹ ਪਿਛਲੇ ਪਾਸੇ ਵੀ ਹੋਣਗੇ, ਜਿਹੜਾ ਸੀਸ ਹੈ ਜਿਹੜਾ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪਿਆ, ਉਹ ਸਭ ਤੋਂ ਥਾਂ ਵਧੀਆ ਥਾਂ ਇਹ ਹੈ ਸ਼ਹੀਦ। ਇੱਥੋਂ ਆ ਕੇ ਕਿਤੇ ਜਾਣ ਨੂੰ ਜੀ ਨਹੀਂ ਕਰਦਾ, ਇੱਥੇ ਹੀ ਬਾਬਾ ਗੁਰਬਖਸ਼ ਸਿੰਘ ਬੈਠਾ, ਇੱਥੇ ਹੀ ਬਾਬਾ ਦੀਪ ਸਿੰਘ ਬੈਠਾ, ਇੱਥੇ ਹੀ ਸੂਰਮੇ ਏਡੇ ਏਡੇ ਵੱਡੇ ਬੈਠੇ ਨੇ, ਹਰੇਕ ਥਾਂ ਹਰੇਕ ਇੱਕ ਦੇ ਉੱਤੇ ਸੂਰਮੇ ਦਾ ਖੂਨ ਡੁੱਲਿਆ ਹੋਇਆ, ਸੀਸ ਲੱਗਿਆ, ਤਾਂ ਇੱਥੋਂ ਜਾਣਾ ਕਿਤੇ? ਇਹਦਾ ਵੱਡੇ ਭਾਗ ਹੋਣਗੇ ਜਿੱਥੇ ਮੈਨੂੰ ਸ਼ਹੀਦ ਨਹੀਂ ਮਿਲਿਆ। ਸੋ ਇਹ ਸਾਧ ਸੰਗਤ ਉਹਨਾਂ ਸ਼ਹੀਦਾਂ ਦੀ ਉਹਨਾਂ ਸੂਰਮਿਆਂ ਦੀ ਕਹਾਣੀਆਂ ਹਨ ਸਿੱਖ ਇਤਿਹਾਸ ਦੇ ਵਿੱਚ, ਜਿਹੜੀਆਂ ਸਾਡੇ ਸਿੱਖੀ ਦੀ ਰੂਹ ਪੱਖ। ਆਪਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਰਹੇ ਹਾਂ, ਪਿਛਲਾ ਲੰਬਾ ਇਤਿਹਾਸ ਆਪ ਜੀ ਨੇ ਸਾਧਨ ਕੀਤਾ ਹੈ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਵੇਂ ਸ਼ਹੀਦੀ ਨਹੀਂ ਲਈ ਪਰ ਆਪ ਤੁਰਦੇ ਫਿਰਦੇ ਵੀ ਸ਼ਹੀਦ ਸਨ। ਕਿਤੇ ਵੀ ਮੌਕਾ ਆਇਆ ਜਿਹੜੀ ਗੱਲ ਕਹਿਣੀ ਸੀ ਉਹ ਤੇ ਮੂੰਹ ਤੇ ਕਹਿ ਦਿੰਦੇ ਸਨ। ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖੋ, ਇਤਿਹਾਸਕਾਰ ਨੇ ਜਿਹੜੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਬਰ ਬਾਣੀ ਪੜ੍ਹਦੇ ਹਨ ਤਾਂ ਇਤਿਹਾਸਕਾਰ ਕਹਿੰਦੇ ਗੁਰੂ ਨਾਨਕ ਸਾਹਿਬ ਇੱਕ ਪੰਕਤੀ ਨਾ ਲਿਖੇ, ਜਿਹੜੀ ਉਹਨਾਂ ਨੇ ਬਾਬਰ ਬਾਣੀ ਲਿਖ ਦਿੱਤੀ ਹੈ, ਬਾਬਰ ਬਾਣੀ ਏਡਾ ਤਕੜਾ ਇਤਿਹਾਸ ਬਣਾ ਦਿੱਤਾ ਹੈ ਕਿ ਇਤਿਹਾਸਕਾਰ ਵੀ ਇਹੋ ਜਿਹਾ ਇਤਿਹਾਸ ਨਹੀਂ ਲਿਖ ਸਕਦੇ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਿਖਿਆ। ਇੰਨਾ ਸੱਚ ਦੇ ਨੇੜੇ ਹੋ ਕੇ, ਇੰਨੀਆਂ ਗੱਲਾਂ ਨੇੜੇ ਹੋ ਕੇ ਲਿਖਦੇ ਨੇ, ਸਾਰਾ ਜੁਰਮ ਹੈ, ਸਾਰੀ ਉਸ ਸਮੇਂ ਦੀ ਹਾਲਤ ਆਪ ਜੀ ਨੇ ਦੱਸਿਆ। ਸੋ ਐਸਾ ਇਤਿਹਾਸ, ਐਸੇ ਗੁਰੂ ਸਾਹਿਬਾਨ, ਗੁਰੂ ਤੇਗ ਬਹਾਦਰ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਤੱਖ ਸ਼ਹੀਦੀ ਦੇ ਕੇ ਦਰਸਾ ਦਿੱਤਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਪੂਰਨੇ ਪਾ ਦਿੱਤੇ ਹਨ ਕਿ ਜੇ ਸਮਾਂ ਆ ਜਾਵੇ, ਸਮਾਂ ਬਣ ਜਾਵੇ ਤਾਂ ਉਹ ਸੱਚ ਦੇ ਰਸਤੇ ਦੇ ਉੱਤੇ ਤੁਰੀ ਜਾ। ਗੁਰੂ ਤੇਗ ਬਹਾਦਰ ਮਹਾਰਾਜ ਔਰੰਗਜ਼ੇਬ ਦੀ ਕਚਹਿਰੀ ਵਿੱਚ ਹਨ, ਪਿਛਲਾ ਇਤਿਹਾਸ ਆਪਾਂ ਨੇ ਸਰਵਣ ਕੀਤਾ ਹੈ ਅਤੇ ਸੁਨੇਹਾ ਸਤਿਗੁਰੂ ਜੀ ਨੂੰ ਮਿਲਿਆ ਸੀ ਕਿ ਮਾਤਾ ਨਾਨਕੀ ਹੈ ਜਿਹੜੀ, ਉਹਨਾਂ ਨੇ ਬੇਨਤੀ ਕੀਤੀ ਹੈ ਵੀ ਤੁਸੀਂ ਗੁਰੂ ਪੁੱਤਰ ਹੋ ਅਤੇ ਤੁਸੀਂ ਹਰੇਕ ਥਾਂ 'ਤੇ ਮੈਨੂੰ ਨਾਲ ਰੱਖ ਰਹੇ ਜੀ, ਆਹ ਜਿਹੜਾ ਸ਼ਹੀਦੀ ਵਾਲਾ ਥਾਂ ਹੈ ਇਹਦੇ ਉੱਤੇ ਮੈਨੂੰ ਕਿਉਂ ਛੱਡ ਦਿੱਤਾ, ਇਸ ਥਾਂ ਦੇ ਉੱਤੇ ਮੈਨੂੰ ਕਿਉਂ ਭੁਲਾ ਦਿੱਤਾ? ਮੇਰੇ ਹਿਰਦੇ ਅੰਦਰ ਬੜਾ ਦਰਦ ਹੈ, ਦੁਖੀ ਹੈ। ਅਤੇ ਮਾਤਾ ਗੁਜਰੀ ਜੀ ਉਹਨਾਂ ਦਾ ਵੀ ਇਹ ਹਾਲ ਸੀ। ਸੋ ਸਤਿਗੁਰੂ ਜੀ ਨੇ ਫਿਰ ਭਾਈ ਜੂਦਾ ਅਤੇ ਭਾਈ ਸਾਹਿਬ ਜਨ ਇਹ ਦੋ ਗੁਰਸਿੱਖ ਸਨ, ਇਹ ਨਾਲ ਗਏ ਸਨ ਸਤਿਗੁਰੂ ਦੇ ਪੰਜਾਂ ਸਿੰਘਾਂ ਦੇ ਨਾਲ
ਇਹਨਾਂ ਨੂੰ ਸਤਿਗੁਰੂ ਨੇ ਕਿਹਾ ਵੀ ਤੁਹਾਡੀ ਪ੍ਰਾਪਤ ਹੈ ਜਿਹੜੀ ਤੁਹਾਡੀ ਜਿਹੜੀ ਉਮਰ ਹੈ ਹਜੇ ਬਾਕੀ ਹੈ, ਜੇ ਤੁਸੀਂ ਜਾਣਾ ਚਾਹੋ ਤਾਂ ਇਸ ਜਗ੍ਹਾ ਤੇ ਜਾ ਸਕਦੇ। ਇਹ ਸਤਿਗੁਰੂ ਦੇ ਜਾਣਾ ਵਿੱਚ ਇਹਨਾਂ ਨੇ ਅਰਦਾਸ ਕੀਤੀ। ਇਹ ਗੁਰੂ ਦਰਬਾਰ ਦੀ ਹੱਥਕੜੀਆਂ ਲੱਗੀਆਂ ਹੋਈਆਂ, ਦਰਵਾਜ਼ੇ ਬੰਦ ਨੇ, ਕਿਵੇਂ ਜਾਈਏ? ਤੇ ਸਤਿਗੁਰੂ ਕਹਿਣਗੇ ਤੁਹਾਨੂੰ ਕੋਈ ਨਹੀਂ ਦੇਖੇ, ਪਰਮੇਸ਼ਵਰ ਦਾ ਨਾਮ ਲੈ ਕੇ ਤੁਰਪੋ, ਸਾਰੀਆਂ ਹੱਥਕੜੀਆਂ ਸਾਰੇ ਦਰਵਾਜ਼ੇ ਖੁੱਲ੍ਹ ਗਏ। ਇਹ ਦੋਵੇਂ ਸਿੱਖ ਤੇ ਇਹਨਾਂ ਦੇ ਕੋਲ ਮਾਤਾ ਨਾਨਕੀ ਜੀ ਨੂੰ ਜਿਹੜੇ ਦੋਵੇਂ ਮੰਗੇ ਦੇ ਸਲੋਕ ਨੇ ਉਹ ਸਤਿਗੁਰੂ ਜੀ ਨੇ ਲਿਖ ਕੇ ਭੇਜੇ ਸਨ। ਤੇ ਮਾਤਾ ਜੀ ਨੂੰ, ਮਾਤਾ ਨਾਨਕੀ ਜੀ ਨੂੰ ਧੀਰ ਮਿਲਿਆ, ਰਾਮ ਮਿਲੋ ਰਾਮ ਮਿਲੋ ਜਾ ਭੋਗ ਪਰਵਾਰ, ਤੇ ਕਹੋ ਨਾਨਕ ਸੁਪਨੇ ਜੀ ਸੰਸਾਰ। ਵੱਡੇ ਵੱਡੇ ਰਾਮ ਭਗਤ ਰਾਮਚੰਦਰ ਜੀ ਵਰਗੇ, ਰਾਵਣ ਵਰਗੇ ਰਾਮ ਸਾਰੇ ਸੰਸਾਰ ਦੇ ਵਿੱਚ ਉਹ ਮਾਤਾ ਚਲੇ ਗਏ ਨੇ ਸੁਪਨੇ ਮਗਰ ਸੰਸਾਰ, ਸੁਪਨੇ ਦੀ ਨਿਆਂ ਸੰਸਾਰ। ਜਿਸ ਤਰ੍ਹਾਂ ਸਤਿਗੁਰੂ ਦੀ ਬਾਣੀ ਦੇ ਵਿੱਚ ਇਹ ਵਿਆਖਿਆ ਹੋਈ ਹੈ, ਜਿਸ ਤਰ੍ਹਾਂ ਬੱਚੇ ਹੁੰਦੇ ਨੇ ਨਾ, ਰੇਤੇ ਦੇ ਉੱਤੇ ਬਣਾ ਲੈਂਦੇ ਨੇ ਘਰ, ਬਣਾ ਲੈਂਦੇ ਨੇ ਬਲਦ, ਬਣਾ ਲੈਂਦੇ ਨੇ ਗੱਡੇ, ਬਣਾ ਲੈਂਦੇ ਨੇ ਖੇਡਾਂ, ਬਣਾ ਲੈਂਦੇ ਨੇ। ਜਦੋਂ ਮੀਂਹ ਆਉਂਦਾ ਹੈ ਜਾਂ ਨਹਿਰਾਂ ਦੀਆਂ ਨਿੱਕੀਆਂ ਨਿੱਕੀਆਂ ਉਹਨਾਂ ਦੇ ਵਿੱਚ ਪਾਣੀ ਚੜ੍ਹ ਕੇ ਆਉਂਦਾ, ਸਾਰੇ ਸਾਰੇ ਘਰ ਪੈ ਜਾਂਦੇ, ਪਤਾ ਹੀ ਲੱਗਦਾ ਵੀ ਕਿੱਧਰ ਚਲੇ ਗਏ। ਇਸੇ ਤਰੀਕੇ ਦਾ ਮਨੁੱਖ ਹੈ ਜਿਹੜਾ ਕਿ ਆਪਣੇ ਹੰਕਾਰ ਦੇ ਵਿੱਚ ਰਿਸ਼ਤੇ ਬਣਾਏ ਬੈਠਾ, ਹੰਕਾਰ ਦੇ ਵਿੱਚ ਜਿਹੜੇ ਮਾਂ ਧੂਆ ਧੀਆਂ ਕਾਰੋਬਾਰ ਇਹ ਸਾਰੇ ਬੁੱਧ ਨੇ ਬਣੇ, ਇਹਦੇ ਹੰਕਾਰ ਕਰਕੇ ਸੋਚਦੇ ਨੇ, ਹੰਕਾਰ ਕਰਕੇ ਬਣੇ ਬਣੇ। ਵਾਹਿਗੁਰੂ ਹੈ ਉਹ ਸੁੰਦਰ ਦੀ ਨਿਆਈ, ਜਦੋਂ ਉਹਦਾ ਹੁਕਮ ਆਉਂਦਾ ਉਹਦੇ ਹੁਕਮ ਦਾ ਪਾਣੀ ਮਿਲਦਾ, ਸਾਰਾ ਕੁਛ ਖਰਚ ਧੀਆਂ ਪੁੱਤਰ ਮਾਂ ਪਿਓ ਕਾਰੋਬਾਰ ਜਾਇਦਾਦ ਸਭ ਹੁੰਦਾ। ਜੇ ਇਹ ਹੰਕਾਰ ਲਾਹ ਦੇ ਆਪਣੇ ਮਨ ਦੇ ਵਿੱਚੋਂ, ਇਹਨੂੰ ਜ਼ਲੀਲ ਸਮਝ ਆ ਗਿਆ ਬਈ ਕੀ ਹੈ। ਮਹਾਤਮਾ ਬੁੱਧ ਜੀ ਇੱਕ ਵਾਰ ਬੈਠੇ ਸਨ, ਵਸਤਰਾਂ ਤੋਂ ਹੀਣ ਇਸਤਰੀ ਲੰਘੀ ਜਾ ਰਹੀ, ਦੇਸ਼ਵਾਸੀ ਉਹਦੇ ਮਗਰ ਬਦਮਾਸ਼ ਪਏ, ਨੱਠ ਕੇ ਮੂਹਰਿਓਂ ਲੰਘ ਗਈ ਮਗਰ ਬਦਮਾਸ਼ ਆਉਂਦੇ ਨੇ। ਉਹਨਾਂ ਨੇ ਪੁੱਛਿਆ ਮਹਾਤਮਾ ਬੁੱਧ ਨੂੰ ਵੀ ਇੱਧਰਲੇ ਪਾਸੇ ਨੂੰ ਇਸਤਰੀ ਗਈ ਹੈ, ਤਾਂ ਦੇਖੀ ਹੈ? ਅਤੇ ਹੁਣ ਜੇ ਝੂਠ ਬੋਲਦਾ ਤਾਂ ਫਿਰ ਸਾਧਾਂ ਦਾ ਕੰਮ ਨਹੀਂ ਝੂਠ ਬੋਲਣ, ਜੇ ਸੱਚ ਦੱਸਦਾ ਤਾਂ ਮਾਰ ਦੇਣ। ਉਹਦਾ ਸਰੀਰ ਹੈ ਜਿਹੜਾ, ਉਹਦਾ ਸਰੀਰ ਉਹ ਦੁੱਖ ਦੇ ਵਿੱਚ ਪਵੇਗਾ। ਸੋ ਮਾਤਾ ਬੁੱਧ ਕਹਿਣਗੇ ਵੀ ਹਾਂ ਲੰਘਿਆ ਤਾਂ ਹੈ, ਇੱਕ ਆਕਾਰ ਲੰਘਿਆ, ਮੈਨੂੰ ਹੱਡੀਆਂ ਹੱਡੀਆਂ ਦਿਖੀਆਂ ਨੇ, ਨਾ ਮੈਨੂੰ ਮਾਸ, ਨਾ ਮੈਨੂੰ ਸ਼ਕਲ, ਮੈਨੂੰ ਕੁਛ ਨਹੀਂ ਦਿਖਿਆ। ਮੈਂ ਤਾਂ ਹੱਡੀਆਂ ਦਿਖੀਆਂ ਸੰਸਾਰ ਵਿੱਚ, ਹੱਡੀਆਂ ਵੀ ਨਹੀਂ ਹਨ, ਸਿਰਫ ਇੱਕ ਤੁਰਿਆ ਜਾਂਦਾ ਆਕਾਰ ਹੀ ਦਿਖਾ। ਇਹੋ ਜਿਹੀ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੁੰਦੀ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਇਤਿਹਾਸ ਆਪਾਂ ਪੜ੍ਹ ਰਹੇ ਹਾਂ, ਇਹ ਇਹ ਯਾਦ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇਹ ਹੁਕਮ ਹੋ ਗਿਆ, ਔਰੰਗਜ਼ੇਬ ਨੇ ਜ਼ੋਰ ਲਾ ਲਿਆ, ਦੋਵੇਂ ਸਿੰਘ ਸਨ, ਤਿੰਨੇ ਸਿੰਘ ਸਨ ਜਿਹੜੇ ਉਹ ਸ਼ਹੀਦ ਹੋ ਗਏ ਰੂਮ ਦੇ ਵਿੱਚ, ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀਦਾਸ ਜੀ, ਇਹ ਸਾਰੇ ਬੁਰੀ ਤਰ੍ਹਾਂ ਭਿਆਨਕ ਤਰੀਕੇ ਨਾਲ ਸੀਨੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਅਤੇ ਔਰੰਗਜ਼ੇਬ ਨੇ ਜ਼ੋਰ ਲਾਇਆ ਅਤੇ ਔਰੰਗਜ਼ੇਬ ਕਹਿਣ ਲੱਗਿਆ, ਦੇਖੋ ਆਸਾ ਤੁਲਸੀ ਜੀ ਦਾ ਦੋਹਰਾ ਪੜ੍ਹ ਕੇ ਲਿਖਿਆ, ਆਸਾ ਇਸ਼ਕ ਉਪਾਸਨਾ ਖਾਣ ਪਾਇਨ ਖਾਣ ਪਾਇਨ ਖਾਣ ਪਾਨ ਪਹਿਰਾ, ਤੁਹਾਨੂੰ ਤੁਲਸੀ ਜਿਨਕੇ ਖੰਡ ਹੈ ਮਿਲਿਆ ਸੋਈ ਜਾਣ, ਛੇ ਚੀਜ਼ਾਂ ਨੇ ਜਿਹਨੀਆਂ ਮਿਲ ਜਾਣ ਛੇ ਹੀ ਉਹ ਇੱਕ ਦੂਜੇ ਨਾਲ ਮਿਲਾਪ ਹੋ ਸਕਦਾ, ਆਸਾ ਆਸਾ ਇੱਕ ਹੋਵੇ, ਇਸ਼ਕ ਪਿਆਰਾ ਇੱਕ ਹੋਵੇ, ਉਪਾਸਨਾ ਰੱਬ ਦੀ ਭਗਤੀ ਕਰਨ ਦਾ ਢੰਗ ਇੱਕ ਹੋਵੇ, ਖਾਣ ਪੀਣ ਪਹਿਰਾ, ਇਹ ਛੇ ਚੀਜ਼ਾਂ ਜਿਹੜੀਆਂ ਮਿਲਦੀਆਂ ਹੋਣ ਉਹਨਾਂ ਦਾ ਮਿਲਾਪ ਹੋ ਸਕਦਾ, ਮਿੱਤਰਤਾ ਵੱਧ ਸਕਦੀ। ਔਰੰਗਜ਼ੇਬ ਕਹਿੰਦਾ ਆਸਾ ਇਸ਼ਟ ਉਪਾਸਨਾ ਤਿੰਨੇ ਆਪਣੀਆਂ ਸਾਂਝੀਆਂ ਨੇ, ਵੀ ਆਪਣਾ ਮਿਲਾਪ ਹੋ ਸਕਦਾ, ਤੁਸੀਂ ਇਸਲਾਮ ਦੇ ਵਿੱਚ ਆ ਜਾਓ ਅਤੇ ਇਸ ਮੁਲਕ ਦੀ ਤਰੱਕੀ ਹੋ ਸਕਦੀ ਹੈ। ਇੱਕ ਇਸਲਾਮ ਧਰਮ ਦੇ ਵਿੱਚ ਆ ਕੇ ਸਾਰਾ ਮੁਲਕ ਤਰੱਕੀ ਕਰ ਸਕਦਾ, ਤੁਹਾਨੂੰ ਵੱਡਾ ਸਥਾਨ ਮਿਲ ਜਾਵੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਕਿ ਔਰੰਗਜ਼ੇਬ ਤੁਸੀਂ ਸੁੰਦਰ ਲਸਣ ਦੇ ਵਪਾਰੀ, ਤੁਸੀਂ ਫਕੀਰਾਂ ਦੀਆਂ ਰਮਜਾਂ ਕੀ ਜਾਣ ਸਕਦੇ, ਤੁਹਾਨੂੰ ਕਿੰਨੀ ਵਾਰ ਕਹਿ ਦਿੱਤਾ ਵੀ ਧਰਮ ਹੈ ਜਿਹੜਾ ਉਹ ਆਪਣਾ ਪਿਆਰਾ ਹੁੰਦਾ, ਧਰਮ ਤੁਸੀਂ ਛੱਡ ਨਹੀਂ ਸਕਦੇ। ਇਹ ਸਰੀਰ ਹੈ ਤੁਹਾਡੀ ਚਮ ਦ੍ਰਿਸ਼ਟੀ ਹੈ, ਤੁਸੀਂ ਸਰੀਰ ਦੇਖਦੇ ਹੋ, ਤੁਹਾਡੇ ਵਿੱਚ ਕਿਹਦੀ ਹਿੰਮਤ ਹੈ ਕਿ ਮੇਰੀ ਆਤਮਾ ਤੱਕ ਤੁਸੀਂ ਪਹੁੰਚ ਜਾਓ, ਮੈਨੂੰ ਮੇਰੀ ਮੇਰੀ ਆਤਮਾ ਨੂੰ ਕਦਰ ਕਰਦੇ ਹੋ, ਨਾ ਇਹ ਬੁੱਢਾ ਨਾ ਇਹ ਬਾਲਾ,
ਨਾ ਇਹ ਬੁੱਧੀ ਹੁੰਦੀ ਹੈ ਆਤਮਾ ਨਾ ਇਹ ਜਨਮਦੀ ਹੈ ਨਾ ਮਰਦੀ ਹੈ ਨਾ ਇਹਨੂੰ ਦੁੱਖ ਹੁੰਦਾ ਨਾ ਇਹਨੂੰ ਸੁੱਖ ਹੁੰਦਾ ਮੇਰੇ ਮੇਰੀ ਆਤਮਾ ਤੱਕ ਤੁਹਾਡੇ ਵਿੱਚ ਕਿਹਦੀ ਹਿੰਮਤ ਹੈ ਪਹੁੰਚਣ ਦੀ ਤੁਹਾਨੂੰ ਤੁਹਾਡੀ ਦ੍ਰਿਸ਼ਟੀ ਸਿਰਫ ਚੰਨ ਤੱਕ ਹੈ ਸਰੀਰ ਤੱਕ ਹੈ ਸਰੀਰ ਦਿਖਦਾ ਤੁਹਾਨੂੰ ਤੇ ਸਰੀਰ ਮੈਂ ਤਿਆਰ ਬੈਠਾ ਸਰੀਰ ਦਾ ਟੀਕਰਾ ਤੁਹਾਡੇ ਮੱਥੇ ਮਾਰ ਜਾਣਾ ਇਹ ਭੰਨ ਜਾਣਾ ਤੁਹਾਡੇ ਤੁਹਾਡੇ ਨਾਂ ਲੱਗ ਜਾਣੀ ਹੈ ਇਹ ਗੱਲ ਤੁਸੀਂ ਕੁਝ ਨਹੀਂ ਕਰ ਸਕਦੇ ਮੈਨੂੰ ਕੁਝ ਨਹੀਂ ਕਰ ਸਕਦੇ ਤੋ ਕਹਿੰਦੇ ਨੇ ਦੋ ਮਰਾਬ ਤੇ ਦੋ ਕਾਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਤੇ ਜਿੱਥੇ ਹਵੇਲੀ ਹੈ ਪੂਤਾਂ ਵਾਲੀ ਹਵੇਲੀ ਕਹਿੰਦੇ ਸੀ ਜਿੱਥੇ ਗੋਤਵਾ ਮੀਨ ਹੈ ਉੱਥੇ ਪੂਰੀ ਹੈ ਉਸ ਸਥਾਨ ਤੇ ਆਏ ਤੇ ਆ ਕੇ ਫਿਰ ਦੁਹਰਾਇਆ ਗਿਆ ਜਿਹੜਾ ਵਾਰ ਵਾਰ ਸਵਾਲ ਸਨ ਸਾਧੂਆਂ ਨੇ ਜਵਾਬ ਦੇ ਦਿੱਤਾ ਸਾਧੂ ਨੂੰ ਪਿੰਜਰੇ ਦੇ ਵਿੱਚੋਂ ਕੱਢਿਆ ਗਿਆ ਉਸ ਖੂਹ ਦੇ ਉੱਤੇ ਗੁਰਦੇਵ ਨੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਪੰਜ ਜਪਜੀ ਸਾਹਿਬ ਦੇ ਪਾਠ ਸਤਿਗੁਰੂ ਜੀ ਨੇ ਕੀਤੇ ਤੇ ਜਿਹੜਾ ਜਲਾਦ ਸੀ ਉਸ ਨੂੰ ਸਤਿਗੁਰੂ ਨੇ ਕਿਹਾ ਵੀ ਤੂੰ ਆਪਣਾ ਕੰਮ ਕਰਨ ਆਇਆ ਤੂੰ ਆਪਣਾ ਕੰਮ ਕਰੀ ਪਰ ਇੱਕ ਗੱਲ ਯਾਦ ਰੱਖੀ ਜਦੋਂ ਅਸੀਂ ਪਾਠ ਕਰਕੇ ਸਿਰ ਅੱਗੇ ਕਰਾਂਗੇ ਨਾ ਤਾਂ ਆਪਣੀ ਕਿਰਪਾ ਨੂੰ ਚਲਾਉਂ ਸਤਿਗੁਰੂ ਨੇ ਪੰਜ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਪੰਜ ਜਪਜੀ ਸਾਹਿਬ ਦੇ ਪਾਠ ਕੀਤੇ ਹਨ ਤੇ ਪਾਠ ਕਰਨ ਉਪਰੰਤ ਸਤਿਗੁਰੂ ਨੇ ਜਦੋਂ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਇੱਕ ਵਾਰ ਜਲਦੀ ਫਿਰ ਸੀਸ ਅਡਾਉਂਦਾ ਸੋ ਉਸ ਤੋਂ ਪਹਿਲਾਂ ਕਹਿਣ ਦੇ ਵਿੱਚ ਇੱਕ ਜਵਾਹਰ ਵੱਲ ਲਾਂ ਦਾ ਸਿੱਖ ਸੀ ਉਹ ਦਸਵੰਧ ਇਕੱਠਾ ਕਰਕੇ ਲੈ ਕੇ ਆਇਆ ਤੇ ਉਹਨੇ ਪਤਾ ਕਰਦਾ ਕਰਦਾ ਜਦੋਂ ਉਹਨੇ ਦੇਖਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਿੱਥੇ ਹਨ ਪਤਾ ਲੱਗਿਆ ਵੀ ਮਹਾਰਾਜ ਕੈਦ ਦੇ ਵਿੱਚ ਹਨ ਬੜਾ ਦੁਖੀ ਹੋਇਆ ਅਮੀਰ ਸੀ ਤੇ ਦਰੋਗਾ ਸੀ ਜਿਹੜਾ ਉਹ ਗੁੱਲਾ ਦਰੋਗਾ ਉਹ ਸਤਿਗੁਰੂ ਦਾ ਸ਼ਰਧਾਲੂ ਬਣ ਗਿਆ ਸਤਿਗੁਰੂ ਦੇ ਦਰਸ਼ਨ ਕਰਨ ਕਰਕੇ ਸ਼ਰਧਾਲੂ ਬਣ ਗਿਆ ਉਹ ਤਕਲੀਫ ਅੰਗਦੇਵ ਕਰਕੇ ਉਹਨੂੰ ਜਿਹੜੇ ਸਨ ਉਹ ਕਰਨੇ ਪੈਂਦੇ ਸਨ ਜਿਹੜੇ ਕੰਮ ਜਿਹੜੇ ਹੁਕਮ ਦਿੱਤੇ ਸਨ ਪਰ ਉਹ ਸਤਿਗੁਰਾਂ ਦੇ ਚਰਨਾਂ ਦਾ ਸ਼ਰਧਾਲੂ ਬਣਿਆ ਹੋਣ ਕਰਕੇ ਉਹ ਸਤਿਗੁਰੂ ਨੂੰ ਕੋਈ ਅੰਦਰੋਂ ਤਕਲੀਫ ਦੇਣ ਦੇ ਹੱਕ ਵਿੱਚ ਨਹੀਂ ਸੀ ਸੋ ਉਹਨੇ ਮਿਲਾਪ ਕਰਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਹਿਣ ਲੱਗਿਆ ਮਹਾਰਾਜ ਮੈਂ ਦਸਵੰਧ ਲੈ ਕੇ ਆਇਆ ਮੈਨੂੰ ਕੀ ਪਤਾ ਸੀ ਤੁਸੀਂ ਇਸ ਅਵਸਥਾ ਦੇ ਵਿੱਚ ਹੋ ਮੇਰੇ ਹੀ ਭੁੱਲਾਂ ਗਲਤੀਆਂ ਖਿਮਾ ਕਰ ਦਿਓ ਅਸੀਂ ਪਾਪੀ ਆਦਮੀ ਆਪ ਜੀ ਦੀ ਰਾਮ ਜਨੂ ਆਪ ਜੀ ਦੀ ਗਾਦਰ ਹੋ ਜਾ ਸਕਦੇ ਸਤਿਗੁਰੂ ਨੇ ਪੈਸੇ ਲੈ ਕੇ ਸਾਰੇ ਉੱਥੇ ਇਲਾਕੇ ਵਿੱਚ ਬਣਵਾ ਦਿੱਤੇ ਅਤੇ ਜਿਹੜਾ ਖਾਣਾ ਲੈ ਕੇ ਆਇਆ ਸੀ ਉਹ ਵੀ ਵਰਤਾ ਦਿੱਤਾ ਉਹਨੂੰ ਗਿਆਨ ਦੇ ਕੇ ਸਤਿਗੁਰੂ ਜੀ ਨੇ ਜਵਾਹਰ ਮੰਨ ਲਓ ਨਿਹਾਲ ਕਰ ਦਿੱਤਾ ਅਖੀਰ ਦੇ ਵੇਲੇ ਵੀ ਦੇਖੋ ਜੋ ਮਹਾਰਾਜ ਦੀ ਸ਼ਰਨ ਦੇ ਵਿੱਚ ਆਇਆ ਉਹਨੂੰ ਕੰਠ ਦੇ ਨਾਲ ਆਇਆ ਮੌਤ ਦਾ ਭੈ ਕੋਈ ਨਹੀਂ ਜੋ ਵੀ ਕੋਈ ਇੱਛਾ ਲੈ ਕੇ ਆਉਂਦਾ ਹੈ ਅਖੀਰ ਦੇ ਵੇਲੇ ਉਹਨੂੰ ਵੀ ਸਤਿਗੁਰੂ ਦਾਨ ਦੇ ਇਹ ਸਭ ਅਵਸਥਾ ਦੀ ਗੱਲ ਹੈ ਸਤਿਗੁਰੂ ਦਾ ਐਸਾ ਸੁਭਾਅ ਸੀ ਸੋ ਤਲਵਾਰ ਚੱਲੀ ਸਤਿਗੁਰੂ ਦਾ ਸੀਸ ਹੈ ਜਿਹੜਾ ਉਹ ਜੁਦਾ ਹੋ ਗਿਆ ਸੀਸ ਉੱਥੇ ਪਿਆ ਰਿਹਾ ਅੰਗਰੇਜ਼ ਨੇ ਐਲਾਨ ਕਰ ਦਿੱਤਾ ਸੀ ਕੋਈ ਡੇਢ ਪਹਿਰ ਚੜ੍ਹੇ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਦਿੱਲੀ ਦੇ ਚਾਂਦੀ ਚੌਂਕ ਡੇਢ ਪਹਿਰ ਦਿਨ ਗਏ ਤੇ ਅਤੇ ਅੰਗਰੇਜ਼ ਨੇ ਢੋਰਾ ਪਾ ਦਿੱਤਾ ਸੀ ਕਿ ਸਾਰਿਆਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਕੀਤੇ ਜਾਣ ਸਾਰੀ ਪਬਲਿਕ ਆ ਕੇ ਦੇਖੇ ਸਾਰੇ ਲੋਕ ਉੱਥੇ ਇਕੱਠੇ ਹੋਏ ਸਨ ਮੁਸਲਮਾਨ ਵੀ ਸਨ ਹਿੰਦੂ ਵੀ ਸਨ ਸਾਰੇ ਇਕੱਠੇ ਹੋਏ ਮਹਾਰਾਜ ਦੀ ਸ਼ਹੀਦੀ ਹੋ ਗਈ ਕਹਿੰਦੇ ਜਦੋਂ ਸ਼ਹੀਦੀ ਹੋਈ ਹੈ ਸ਼ਹੀਦੀ ਹੋਣ ਦੇ ਉਪਰੰਤ ਦਿੱਲੀ ਦੇ ਵਿੱਚ ਭੂਚਾਲ ਆਇਆ ਜਿਹੜੇ ਚੇਤਨ ਜੀਵ ਸਨ ਉਹਨਾਂ ਨੇ ਤਾਂ ਉਹਨਾਂ ਦਾ ਦਿਲ ਤਾਂ ਕੰਬਣਾ ਹੀ ਕੰਬਣਾ ਸੀ ਜਿਹੜੀਆਂ ਅਚੇਤਨ ਚੀਜ਼ਾਂ ਨੇ ਧਰਤੀ ਹੈ ਮਿੱਟੀ ਹੈ ਹਵਾ ਅੱਗ ਪਾਣੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਉੱਤੇ ਵੀ ਅਸਰ ਹੋਇਆ ਧਰਤੀ ਵੀ ਕੰਬੀ ਹਵਾ ਹੈ ਹਵਾ ਦੇ ਵਿੱਚ ਨਹਿਰੀ ਆਈ ਇੰਨਾ ਬੁਰਾ ਹਾਲ ਹੋਇਆ ਅਤੇ ਜਿੰਨੇ ਮੁਸਲਮਾਨ ਸਨ ਜਿੰਨੇ ਪੀਰ ਸਨ ਸਾਰੇ ਕਹਿਣ ਲੱਗੇ ਵੀ ਔਰੰਗਜ਼ੇਬ ਹੈ ਜਿਹੜਾ ਔਰੰਗਜ਼ੇਬ ਦਾ ਹੁਣ ਜਿਉਣਾ ਔਖਾ ਹੈ ਇਹ ਧਰਤੀ ਦੇ ਉੱਤੇ ਪਾਪ ਦਾ ਰਾਜ ਹੋ ਗਿਆ ਹੈ ਇਹ ਰਾਜ ਬੜੀ ਛੇਤੀ ਹੀ ਨਸ਼ਟ ਹੋਵੇਗਾ ਭਾਈ ਮਤੀ ਦਾਸ ਸਨ ਜਿਹੜੇ ਉਹਨਾਂ ਨੇ ਸ਼ਹੀਦੀ ਵੇਲੇ ਇਹ ਵਚਨ ਕਹਿ ਦਿੱਤਾ ਸੀ ਔਰੰਗਜ਼ੇਬ ਤੈਂ ਮੇਰਾ ਸਰੀਰ ਨਹੀਂ ਚੀਰਿਆ ਚੀਰਿਆ ਤੈਂ ਆਪਣਾ ਵੰਸ਼ ਚੀਰ ਲਿਆ ਤੈਂ ਆਪਣਾ ਰਾਜਭਾਗ ਵਪਾੜ ਕਰ ਲਿਆ ਤੂੰ ਅੱਜ ਤੋਂ ਬਾਅਦ ਦਿੱਲੀ ਦੇ ਵਿੱਚ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਉਸ ਸੂਰਮੇ ਦੇ ਵਚਨ ਸਨ ਸੋ ਔਰੰਗਜ਼ੇਬ ਉਦੋਂ ਹੀ ਭੁਚਾਲ ਆਇਆ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਦੱਖਣ ਦੇ ਵਿੱਚ ਬਗਾਵਤ ਹੋ ਗਈ ਔਰੰਗਜ਼ੇਬ ਦੱਖਣ ਦੇ ਵਿੱਚ ਗਿਆ ਦੱਖਣ ਦੇ ਵਿੱਚ ਹੀ ਕਬਰ ਬਣ ਗਈ ਦੱਖਣ ਦੇ ਵਿੱਚ ਹੀ ਖਤਮ ਹੋ ਗਿਆ ਉੱਥੇ ਉਹਦੀ ਕਬਰ ਬਣ ਗਈ ਸੋ ਸਤਿਗੁਰੂ ਜੀ ਦਾ ਸਰੀਰ ਸੀ ਜਿਹੜਾ ਉਹ ਭਾਈ ਲੱਕੀ ਸ਼ਾਹ ਬਜਾਰਾ ਕਹਿੰਦੇ ਨੇ ਵੀ ਹਜ਼ਾਰ ਵਰਦ ਸੀ
ਦੇਖਿਆ ਮਹਾਰਾਜ ਦਾ ਸੀਸ ਸੀ ਜਿਹੜਾ ਉਹ ਭਾਈ ਜੈਦਾ ਜੀ ਲੈ ਗਏ ਤੇ ਜਿਹੜਾ ਧੜ ਸੀ ਉਹ ਉੱਥੇ ਪਿਆ ਰਿਹਾ ਉਸ ਧੜ ਖਾਤਰ ਇਹ ਲੈ ਕੇ ਆਇਆ ਗੱਡੀ ਲੈ ਕੇ ਆਇਆ ਗੱਡਾ ਲੈ ਕੇ ਇਸਨੇ ਬੜੀ ਤੇਜ਼ੀ ਦੇ ਨਾਲ ਹਨੇਰੀ ਇੰਨੀ ਜ਼ੋਰ ਨਾਲ ਚੱਲੀ ਅਤੇ ਇਹ ਜਿਹੜਾ ਸੀਸ ਸੀ ਗੱਡੇ ਦੇ ਵਿੱਚ ਧੜ ਸੀ ਜਿਹੜਾ ਉਹ ਗੱਡੇ ਦੇ ਵਿੱਚ ਰੱਖ ਕੇ ਲੈ ਗਿਆ ਆਪਣੇ ਘਰ ਲੈ ਗਿਆ ਅਤੇ ਉੱਥੇ ਗੱਡੇ ਚਾਂਦਨੀ ਚੌਂਕ ਦੇ ਵਿੱਚ ਖੜਾ ਦਿੱਤੇ ਗਏ ਅਤੇ ਕਾਹਲੀ ਮਾਹਲੀ ਗੱਡਾ ਲੈ ਕੇ ਇਹਨੇ ਆਪਣੇ ਘਰ ਦੇ ਵਿੱਚ ਰੱਖਿਆ ਸੀਸ ਜਿਹੜਾ ਧੜ ਸੀ ਰੱਖ ਕੇ ਘਰ ਨੂੰ ਆਪਣੀ ਨੂੰ ਅੱਗ ਲਾ ਦਿੱਤੀ ਜਦੋਂ ਉਹਦਾ ਜਿਹੜਾ ਹੈ ਸੰਸਕਾਰ ਹੋ ਗਿਆ ਤਾਂ ਉਸ ਵੇਲੇ ਨੇ ਰੌਲਾ ਪਾਤਾ ਮੇਰੇ ਘਰ ਨੂੰ ਕਿਸੇ ਨੇ ਅੱਗ ਲਾ ਅਤੇ ਜਿਹੜੇ ਅੱਗੇ ਦੱਸਿਆ ਗਿਆ ਵੀ ਮਹਾਰਾਜ ਦਾ ਧੜ ਵੀ ਗਾਇਬ ਗਾਇਬ ਹੈ ਅਤੇ ਸੀਸ ਵੀ ਗਾਇਬ ਹੈ ਅਤੇ ਅੰਗਰੇਜ਼ ਨੇ ਕਿਹਾ ਵੀ ਆਪਣੇ ਸਿੱਖਾਂ ਨੂੰ ਉਸ ਵੇਲੇ ਉਸ ਵੇਲੇ ਕਿਹਾ ਵੀ 1400 ਘਰ ਦਿੱਲੀ ਦੇ ਵਿੱਚ ਸਿੱਖਾਂ ਦਾ ਅਤੇ ਜੇ ਸਿੱਖ ਆਪਣੇ ਗੁਰੂ ਦਾ ਸੰਸਕਾਰ ਕਰਨਾ ਚਾਹੁੰਦੇ ਤਾਂ ਆਪ ਵੀ ਕਰ ਸਕਦੇ ਉਹ ਦੇਖਣਾ ਚਾਹੁੰਦਾ ਵੀ ਜਿਹੜਾ ਆਉਂਦਾ ਫਟ ਫਟ ਕੇ ਉਹਨਾਂ ਨੂੰ ਮਾਰ 1400 ਦੇ ਵਿੱਚੋਂ ਕੋਈ ਵੀ ਉੱਥੇ ਬਾਹਰ ਨਿਕਲਿਆ ਨਹੀਂ ਸੀ ਇੰਨਾ ਡਰ ਕਰਦਾ ਹੈ ਸੋ ਇਸ ਗੁਰੂ ਨੇ ਸੰਸਕਾਰ ਕਰ ਦਿੱਤਾ ਸੰਸਕਾਰ ਕਰਨ ਤੋਂ ਬਾਅਦ ਜਿਹੜੀ ਅਸਥੀਆਂ ਸਨ ਉਹ ਉਸੇ ਥਾਂ ਦੇ ਉੱਤੇ ਫੱਟ ਕੇ ਉੱਥੇ ਦੱਬ ਦਿੱਤੀਆਂ ਗਈਆਂ ਫਿਰ ਬਾਅਦ ਵਿੱਚ ਜਦੋਂ ਮਿਸਲਾਂ ਦਾ ਰਾਜ ਆਇਆ ਸਰਦਾਰ ਬਘੇਲ ਸਿੰਘ ਨੇ ਜਿਹੜਾ ਪ੍ਰੋਕਸੀਅਰ ਸੀ ਉਸ ਤੋਂ ਉਸ ਨੂੰ ਕਹਿ ਕੇ ਵੀ ਦਿੱਲੀ ਤੈਨੂੰ ਤਾਂ ਛੱਡਾਂਗੇ ਤੈਨੂੰ ਤਾਂ ਰਾਜ ਭਾਗ ਕੇ ਤਾਂ ਵਿਖਾਵਾਂਗੇ ਜਿੰਨੇ ਗੁਰਦੁਆਰੇ ਨੇ ਗੁਰਦੁਆਰਿਆਂ ਦੀ ਸੇਵਾ ਅਸੀਂ ਕਰਾਂਗੇ ਸੋ ਸਾਰੇ ਗੁਰਦੁਆਰਿਆਂ ਦੀ ਸੇਵਾ ਕੀਤੀ ਉਸ ਸਥਾਨ ਨੂੰ ਲੱਭ ਕੇ ਉਸ ਗੁਰੂ ਨੇ ਉਸ ਸਥਾਨ ਦੇ ਉੱਤੇ ਇਹ ਗੁਰੂ ਸਥਾਨ ਬਣਾਇਆ ਸੋ ਸੀਸ ਹੈ ਜਿਹੜਾ ਉਹ ਸੀਸ ਭਾਈ ਜੈਤਾ ਜੀ ਹੈ ਜਿਹੜਾ ਉਹ ਅਨੰਦਪੁਰ ਸਾਹਿਬ ਵਿੱਚ ਬੜਾ ਲੰਮਾ ਪੈਣਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਇਹ ਬਾਕੀ ਦਾ ਇਤਿਹਾਸ ਆਪਾਂ ਅਗਲੀ ਵਾਰੀ ਯਾਦ ਕਰਾਂਗੇ ਇਹ ਸ਼ਹੀਦੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਿਸ ਸ਼ਹੀਦੀ ਨੇ ਸਿੱਖੀ ਨੂੰ ਨਵਾਂ ਰੰਗ ਦਿੱਤਾ ਸਿੱਖੀ ਨੂੰ ਨਵਾਂ ਰੰਗ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸ਼ਹੀਦੀ ਤੋਂ ਤਕਰੀਬਨ 24 ਸਾਲ ਸਮਾਧੀ ਦੇ ਉੱਤੇ 24 ਸਾਲ ਚਿੰਤਨ ਕਰਦੇ ਰਹੇ 24 ਸਾਲ ਦੇ ਲੰਮੇ ਅਭਿਆਸ ਤੋਂ ਬਾਅਦ ਮਹਾਰਾਜ ਨੇ ਖਾਲਸੇ ਨੂੰ ਜਨਮ ਦਿੱਤਾ ਖਾਲਸਾ ਸਾਜਿਆ ਉਹ ਖਾਲਸਾ ਜਿਹੜਾ ਅੱਜ ਵੀ ਜਨਮ ਦੇ ਨਾਲ ਟੱਕਰਦਾ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਾਨ ਹੈ ਇਸੇ ਕਰਕੇ ਜਿਹੜਾ 83 ਦਾ ਘੱਲੂਕਾਰਾ ਵਾਪਰਿਆ ਉਸ ਘੱਲੂਕਾਰੇ ਦੇ ਦਰਾਂ ਦੀ ਰਾਮਲੀਲਾ ਗਰਮ ਗਰਾਊਂਡ ਦੇ ਵਿੱਚ ਆ ਕੇ ਬੋਲੀ ਸੀ ਉੱਥੇ ਸੰਤ ਜਿਹੜੇ ਸੰਤ ਕਰਤਾਰ ਸਿੰਘ ਬੈਠੇ ਸੀ ਸੋ ਉਸਨੇ ਕਹਿ ਦਿੱਤਾ ਕਿਸੇ ਕਹਿ ਦਿੱਤਾ ਕਿ ਜਿਹੜਾ ਸਿੱਖਾਂ ਦੇ ਗੁਰੂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੀਸ ਦਿੱਤਾ ਉਹਦਾ ਕਰਜ਼ਾ ਉਤਾਰਨ ਦੇ ਲਈ ਦਿੱਲੀ ਦਾ ਤਖ਼ਤ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਛੱਡ ਦੇ ਵਿੱਚ ਆਇਆ ਕਰਜ਼ਾ ਲੱਭਣ ਲੱਗਿਆ ਸੰਤ ਬੈਠੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਰਾਜ ਦਿੱਤਾ ਕਿਹਨੇ ਸੀ ਦਿੱਤਾ ਵੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੀ ਤੁਸੀਂ ਲੱਖਾਂ ਵਾਰ ਜਨਮ ਲੈ ਕੇ ਇਹ ਨਮਸਕਾਰਾਂ ਕਰੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਤਾ ਦਾਨ ਤੁਸੀਂ ਤਾਂ ਨਹੀਂ ਦੇ ਸਕਦੇ ਇਹਦੇ ਗਲਤ ਵਾਲੇ ਬੋਲ ਬੋਲੇ ਸਨ ਉੱਥੋਂ ਇਹ 83 ਦਾ ਜਿਹੜਾ ਝਗੜਾ ਸ਼ੁਰੂ ਹੋਇਆ ਸੋ ਉਦੋਂ ਤੋਂ ਸਿੱਖੀ ਜਿਹੜੀ ਟਕਸਾਲ ਸੀ ਜਿਹੜੀ ਰੱਟਣ ਲੱਗ ਗਈ ਸਿੱਖਾਂ ਦੇ ਵਿੱਚ ਸੋ ਉਹ ਉਸ ਸਮੇਂ ਦੀ ਹਕੂਮਤ ਨੇ ਟਕਸਾਲ ਨੂੰ ਬੁਰੀ ਤਰ੍ਹਾਂ ਭੰਨ ਕੇ ਇਹ ਕੰਮ ਕੀਤਾ ਦਰਬਾਰ ਸਾਹਿਬ ਅਣਖ ਦਾ ਪ੍ਰਤੀਕ ਅਕਾਲ ਤਖ਼ਤ ਸਾਹਿਬ ਅਣਖ ਦਾ ਪ੍ਰਤੀਕ ਇਹਨਾਂ ਸਥਾਨਾਂ ਨੂੰ ਝਾਉਣ ਲਈ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਇਹ ਕੰਮ ਕੀਤਾ ਸੀ ਪਰ ਇਹਨਾਂ ਵਰਗੀਆਂ ਹਕੂਮਤਾਂ ਇੱਕ ਨਹੀਂ ਹਜ਼ਾਰਾਂ ਆਈਆਂ ਅਬਦਾਲੀ ਵਰਗੇ ਆਏ ਹਜ਼ਾਰਾਂ ਚਲੇ ਗਏ ਸਿੱਖੀ ਉਦੋਂ ਨਹੀਂ ਹੋ ਜਾਂਦੀ ਔਰ ਅੰਗਰੇਜ਼ ਕਿੱਡਾ ਜ਼ਾਲਮ ਬਾਦਸ਼ਾਹ ਸੀ ਜਿਹਦਾ ਕਾਬਲ ਵਧਾ ਤੋਂ ਲਾ ਕੇ ਕੰਨਿਆ ਕੁਮਾਰੀ ਤੱਕ ਰਾਜ ਸੀ ਤੇ ਹੁਣ ਉਹਦੀ ਬਸਤੇ ਕੋਲ ਰਹਿਣ ਦੇ ਕੋਲ ਸਦਾ ਉਹਨਾਂ ਦੇ ਝਾਨਾ ਕਮਾਉਣਾ ਉਹਨਾਂ ਗੁਰਦੀਆਂ ਦੀ ਸੇਵਾ